ਸਰਦਾਰ ਜਸਬੀਰ ਸਿੰਘ ਗਿੱਲ ਹੁਣਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਭਲਾਈ ਦੇ ਕੰਮ ਕਰਦਿਆਂ ਬਸਰ ਕੀਤੀ। ਆਪ ਜੀ ਬਹੁਤ ਹੀ ਨੇਕ ਖਿਆਲਾਂ ਵਾਲੇ ਅਤੇ ਸੰਸਕਾਰੀ ਇਨਸਾਨ ਸਨ। ਆਪ ਜੀ ਆਪਣੀ ਸਾਰੀ ਜ਼ਿੰਦਗੀ ਸੱਚ ਅਤੇ ਧਰਮ ਦੇ ਰਸਤੇ ਤੇ ਚੱਲੇ। ਆਪ ਜੀ ਬਹੁਤ ਹੀ ਸ਼ਾਂਤ, ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਆਪ ਜੀ ਦੇ ਸੰਸਕਾਰ ਆਪ ਜੀ ਦੇ ਬੱਚਿਆਂ ਵਿੱਚ ਵੀ ਵੇਖੇ ਜਾ ਸਕਦੇ ਹਨ। ਆਪ ਜੀ ਦੇ ਬੱਚੇ ਸਮਾਜ ਵਿੱਚ ਅਹਿਮ ਸਥਾਨ ਰੱਖਦੇ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਹਮੇਸ਼ਾ ਹੀ ਉੱਚਿਆਂ ਚੁੱਕਣ ਲਈ ਵਚਨਬੱਧ ਹਨ। ਸਰਦਾਰ ਜਸਬੀਰ ਸਿੰਘ ਗਿੱਲ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਰਵਿੰਦਰ ਸਿੰਘ ਨੰਬਰਦਾਰ, ਸਰਦਾਰਨੀ ਜਸਵਿੰਦਰ ਕੌਰ, ਸਰਦਾਰ ਵਰਦੇਵ ਸਿੰਘ ਮਾਨ, ਕੈਸ਼ ਮਾਨ, ਬਚਿੱਤਰ ਸਿੰਘ, ਸਤਨਾਮ ਸਿੰਘ ਪੰਨੂ, ਸਰਬਜੀਤ ਸਿੰਘ ਸਿੱਧੂ, ਜਗਮੀਤ ਸਿੰਘ ਸੰਧੂ, ਸ਼ਰਨਜੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਸਰਬਜੀਤ ਕੌਰ, ਤਿੰਦਰਪਾਲ ਗਿੱਲ, ਨਵਕੀਰਤਪਾਲ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਪੂਰੇ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਰੋਸ ਕਿਸੈ ਸਿਓ ਕੀ ਜੈ, ਰੋਸ ਕਿਸੈ ਸਿਓ ਕੀ ਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਸੋਈ ਲੈ ਜਾਏਗਾ, ਸੋਈ ਲੈ ਜਾਏਗਾ। ਜਦੋਂ ਆਪਾਂ ਕੋਈ ਵੀ ਕਾਰਜ ਕਰਨਾ ਹੋਵੇ ਤੇ ਆਪਾਂ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਲਓ, ਹੁਕਮਨਾਮਾ। ਉਸ ਇਹ ਜਿਹੜਾ ਹੁਕਮ ਦੇ ਬਾਬਤ ਹੀ ਸਮਝਾਇਆ ਜਾ ਰਿਹਾ ਜੋ ਸਾਡੇ ਮਸਤਕ ਤੇ ਲਿਖਿਆ ਹੋਇਆ। ਇਹ ਜਿਹੜਾ ਹੁਕਮ ਇੱਕੋ ਵਾਰੀ ਲਿਖਿਆ ਜਾ ਸਕਦਾ ਜਾਇਆ ਜਾਂਦਾ ਹੈ, ਪਰ ਇਸ ਨੂੰ ਮਟਾਇਆ ਨਹੀਂ ਜਾ ਸਕਦਾ, ਪੜ੍ਹ ਕੇ ਸੁਣਾਇਆ ਜਾ ਸਕਦਾ। ਮਹਾਰਾਜ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਹਨ, ਕਿਰਤ ਪਾਇਆ ਪਰਵਾਨਾ ਲਿਖਿਆ, ਗੌੜ ਹੁਕਮ ਨਾ ਹੋਈ, ਜੈਸਾ ਲਿਖਿਆ ਤੈਸਾ ਪੜ੍ਹਿਆ, ਮੇਟ ਨਾ ਸਕੇ ਕੋਈ। ਇਹ ਜਿਹੋ ਜਿਹਾ ਹੁਕਮ ਲਿਖਿਆ ਹੈ, ਇਸ ਨੂੰ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ, ਇਸ ਨੂੰ ਮਟਾਇਆ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਸਮਝਾ ਕੇ ਭੇਜਿਆ ਵੀ ਇਹ ਜਦੋਂ ਤੇਰੇ ਸਵਾਸਾਂ ਦਾ ਧਨ ਖਤਮ ਹੋ ਜਾਏਗਾ, ਤੇਰਾ ਸਮਾਂ ਸਮਾਪਤ ਹੋ ਜਾਏਗਾ, ਤੈਨੂੰ ਵਾਪਸ ਬੁਲਾਵਾਂਗੇ, ਤੂੰ ਵਾਪਸ ਆ ਜਾਣਾ, ਇਹ ਚਿੱਠੀ ਦਰਗਾਹ ਦੇ ਵਿੱਚੋਂ ਪਾੜ ਦਿੱਤੀ ਜਾਏਗੀ, ਹੋਰ ਪਰਵਾਨਾ ਜਿਹੜਾ ਜਾਰੀ ਕੀਤਾ ਜਾਏਗਾ, ਤੁਸੀਂ ਵਾਪਸ ਆ ਜਾਣਾ। ਤੇ ਮਹਾਰਾਜ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਹਨ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਏ। ਜਦੋਂ ਤੁਹਾਨੂੰ ਵਾਪਸ ਬੁਲਾਵਾਂਗੇ, ਤੁਸੀਂ ਵਾਪਸ ਆ ਜਾਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਲੱਗੇ, ਤੈਨੂੰ ਦੋ ਤਰ੍ਹਾਂ ਦੇ ਕੱਪੜੇ ਦੇਣ ਲੱਗੇ ਹਾਂ, ਇੱਕ ਦੁੱਖ ਦਾ ਕੱਪੜਾ, ਇੱਕ ਸੁੱਖ ਦਾ। ਇਹ ਤੇਰੀ ਇੱਛਾ ਤੇ ਹੋਏਗਾ
तो सुख का कपड़ा पाना है कि दुख का। महाराज जी बाणी में प्रमाण करते हैं, सुख दुख दोएदार कपड़े पहरे जाए मनुख। फिर बार सच्चे पातशाह होर समझाउण लगे कि अपना स्वरूप देखो। जो मन ने अपना स्वरूप देखा तो जोत स्वरूप सी। सच्चे पातशाह सानू समझाउण लगे इस तरह पुत नगन ही जाना है, नगन ही वापस आ जाना है, तो हुक्म दे विच चलना है। महाराज जी गुरबाणी विच फरमान करते हैं, नांगे आवना नांगे जाना, हर हुक्म पाया क्या कीजे। इस तरह भी सच्चे पातशाह सानू समझाउण लगे भी उत्थे जाके ये नहीं कह लग पैना मेरे स्वासा का धन वधा दिओ, समा वधा दिओ, यह एक दिल पारवा दे घटेगा नहीं। हाँ, उस मालक की इच्छा है तेनों स्वासा तो बिना भी वह जिंदा रख सकता है। महाराज गुरबाणी विच प्रमाण करते हैं, रब भावै बिन सांस ते राखे। जिन्नी देर कहिंदे मैं तुहाडे स्वास नहीं रोकदा उन्नी देर तुहानूं कोई मार नहीं सकदा, क्योंकि तुहाडे जिहड़े स्वासां दी डोर है मेरे हाथ विच है। महाराज सच्चे पातशाह सानूं समझाउंदे ने, जिसका सांस न काटत आप ताको राखत ते कर हाथ, तेनूं मैं हाथ दे के रख्या करांगा। ते सच्चे पातशाह फिर सानूं समझाउण लगे, जिहड़ा कीमती धन तेनूं दे के भेजिया है उत्थे जिहड़ा तेरा शरीर नौवां द्वारा दा बनाया है, उन दसां द्वारा दा जिहड़ा शरीर है तेरा, उस विच चोरां दा भी वासा कर दित्ता है। जागते रहना है उत्थे, गाफल नहीं हो जाना। जे तू गाफल हो गया तो यह जिहड़ा नाम दा धन तेनूं दे के भेजण लगा, यह जिहड़ी कीमती वस्तु तू प्राप्त नहीं कर सकेगा, यह नौ दरां दे विच उत्थे चोरां दा वासा है, वह तेरा लुट लैणगे जे तू इन्हां दा संगी बन गया तां। महाराज गुरबाणी विच बाबा कबीर जी फरमान करते हैं, महाराज सानूं समझाउंदे ने इस नौ दरां दे विच उन्हां चोरां दा वासा है। नौ कर देख जो कामर भोली, वस्त रूप ना पाई, कहत कबीर नामे कर मूसे दसवें तत् समाई। महाराज समझाउण लगे तेरी जड़ा खुराक है अमृत रस खुराक, ਹਰਿੰਦਰ ਸਿੰਘ ਵਾਇਆ ਅਤੇ ਉਹਨਾਂ ਦੇ ਸਪੁੱਤਰ ਚਰਨ ਸਿੰਘ ਪੀਏ ਜੋ ਕਿ ਆਪਣੇ ਦੇ ਵਿੱਚ ਮੌਜੂਦ ਹਨ। ਸਤਿਗੁਰੂ ਪਿਆਰਿਓ, ਸਰਦਾਰ ਜਸਵੀਰ ਸਿੰਘ ਦਾ ਜੀਵਨ ਮੈਂ ਸਮਝਣਾ, ਇੱਥੇ ਆਏ ਜਿੰਨੇ ਵੀ ਆਏ ਨੇ ਸਾਰੇ ਮੇਰੇ ਨਾਲ ਉਹਨਾਂ ਦਾ ਜੀਵਨ ਵੱਧ ਜਾਂਦਾ। ਰਾਕੇ ਦੇ ਵਿੱਚ ਵਿਚਰ ਕੇ ਰਿਸ਼ਤੇਦਾਰਾਂ ਨਾਲ ਧਾਰ ਬੰਦਾ ਹੀ ਵਰਤਦਾ, ਪਰ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਖੁਸ਼ਬੂ ਛੱਡੀ ਇਲਾਕੇ ਦੇ ਵਿੱਚ, ਲੋਕਾਂ ਦੇ ਵਿੱਚ ਬਾਹਰ ਕਮਾਲ ਹੈ। ਦੂਰ ਦੂਰ ਤੋਂ ਸੰਗਤ ਆਈ, ਮੈਂ ਆਪਣੀ ਬੇਨਤੀ ਸਮਾਪਤ ਕਰਦਾ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਕਿ ਸਰਦਾਰ ਜਸਵੀਰ ਸਿੰਘ ਨੇ ਬੇਸ਼ੱਕ ਦੁਬਾਰਾ ਨਹੀਂ ਆਉਣਾ, ਪਰ ਉਹਦਾ ਪਰਿਵਾਰ, ਉਹਦੀਆਂ ਨਿਸ਼ਾਨੀਆਂ ਸਾਡੀ ਜ਼ਿੰਦਗੀ ਵਿੱਚ ਸਦਾ ਹੀ ਤਾਜ਼ਾ ਰਹਿਣਗੀਆਂ, ਔਰ ਉਹਨਾਂ ਦਾ ਬੱਚਾ ਸਾਹ ਜਸਵੀਰ ਸਿੰਘ ਤੋਂ ਵੀ ਵੱਧ ਨਾ ਕਮਾਵੇ। ਪਾਲਟੀ ਦੇ ਨਾਲ ਜਿਸ ਨਾਲ ਜੁੜਿਆ ਹੈ ਉਹਦੀ ਵੀ ਜਸਵੀਰ ਸਿੰਘ ਤੋਂ ਵੱਧ ਸੇਵਾ ਕਰੇ, ਔਰ ਜੋ ਵੀ ਇੱਥੇ ਮਾਈ ਭਾਈ ਆਇਆ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਜੀ ਆਇਆ। ਜਿਸ ਤਰ੍ਹਾਂ ਸਰਦਾਰ ਜਸਵੀਰ ਸਿੰਘ ਨਾਲ ਜੁੜੇ ਰਹੇ ਹੋ, ਉਸ ਤਰ੍ਹਾਂ ਹੀ ਉਹਨਾਂ ਦੇ ਬੱਚੇ ਤੇ ਪਰਿਵਾਰ ਨਾਲ ਆਪਾਂ ਸਾਰੇ ਜੁੜੇ ਰਹੀਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।